ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ਾਮ 6:20 ਮਿੰਟ ਤੇ ਹੋ ਗਿਆ ਇਹ ਹਾਕਾਣ ਮੱਛੀ ਆਹਕਾਰ ਪੁਲਿਸ ਕਾਰੇ ਜੋਰਾ ਦੇ ਪਾਲ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤਵਾਲਾ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਚੋਂ ਚੈੱਕ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਪੰਜਾਬ ਤੋਂ ਗੁਰੂਕੀ ਨਗਰੀ ਅੰਮ੍ਰਿਤਸਰ ਚ ਗੁੰਡਾਗਰਦ ਨੰਗਾ ਨਾਂਚ ਹੋਇਆ ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇੱਕ ਕਾਰ ਦੇ ਵਿੱਚ ਸਵਾਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ 20 ਕਾਰ ਤੇ ਜਾਨ ਲੈਵਾ ਹਮਲਾ ਕੀਤਾ ਗਿਆ ਪਰ ਗਨਮਿਤ ਰਹੀ ਕਿ ਇਸ ਪੂਰੇ ਹਮਲੇ ਦੌਰਾਨ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਨੁਕਸਾਨ ਨਹੀਂ ਹੋਇਆ ਅਤੇ 20 ਕਾਰ ਸਵਾਰ ਚਾਲਕ ਮੌਕੇ ਤੇ ਆਪਣੀ ਜਾਨ ਬਚਾ ਕੇ ਭੱਜ ਗਿਆ ਪਾਈਸ ਘਟਨਾ ਦੇ ਬਾਅਦ ਇਲਾਕੇ ਵਿੱਚ ਕਾਫੀ دہشت ਫੈਲ ਗਿਆ ਹੈ ਉਥੇ ਘਟਨਾ ਤੇ ਮੌਜੂਦ ਲੋਕਾਂ ਵੱਲੋਂ ਪਤਾ ਲੱਗਿਆ ਹੈ ਕਿ ਅੰਮ੍ਰਿਤਸਰ ਸਾਹਿਬ ਦੇ ਪਰੇ ਬਾਜ਼ਾਰ ਦੇ 메ਨ ਚੌਕ ਨਜ਼ਦੀਕ ਮੁੱਖ ਰੋਡ ਤੇ ਬੀਤੀ ਦਿਨੀ 6:30 ਵਜੇ ਦੇ ਕਰੀਬ ਅੰਮ੍ਰਿਤਸਰ ਸਾਈ ਵਾਲੇ ਪਾਸਿਓਂ ਆ ਰਹੀ 20 ਕਾਰ ਤੇ ਕੁਝ ਅਣਪਛਾਤੇ ਕੈਂਟਰਾ ਸਵਾਰ ਹਥਿਆਰਬੰਦ ਨੌਜਵਾਨਾਂ ਨੇ ਵੱਡੀ ਟੱਕਰ ਮਾਰਦਿਆਂ ਜਾਨਲੇਵਾ ਹਮਲਾ ਕੀਤਾ 20 ਕਾਰ ਚਾਲਕ ਦੇ ਵੱਲੋਂ ਬਹਾਦਰੀ ਦੀ ਖੋਂਦੇ ਹੋਏ ਉਹ ਲੈ ਕੇ ਸ਼ਾਮ ਦੇ ਵਿੱਚ ਆਪਣੀ ਕਾਰ ਛੱਡ ਕੇ ਮੁਕੇ ਤੇ ਪਜ ਗਿਆ। ਗੁੱਸੇ ਵਿੱਚ ਆਏ ਹਮਲਾਵਾਰਾਂ ਦੇ ਵੱਲੋਂ ਬਿਨਾਂ ਡਰ ਤੇ ਖੋਪ ਦੇ ਹਵਾਈ ਫਾਇਰ ਕਰਦੇ 20 ਦੀ ਕਾਰ ਦੀ ਪੰਨ ਤੋੜ ਵੀ ਕੀਤੀ ਗਈ। ਇਸ ਕਾਰਨ ਇਨਜ਼ਾਮ ਦੇਣ ਤੋਂ ਬਾਅਦ ਹਮਲਾਵਾਰ ਮੁਕੇ ਤੋਂ ਆਪਣੀ ਗੱਡੀ ਲੈ ਕੇ ਪਜ ਗਏ। ਫਿਰ ਕੁਝ ਸਮੇਂ ਬੀਤਣ ਤੋਂ ਬਾਅਦ ਪੁਲਿਸ ਉੱਥੇ ਪਹੁੰਚੀ ਤੇ ਪੁਲਿਸ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ। ਤੇ ਮਾਮਲਾ ਦਰਜ ਕਰਕੇ ਕਾਰ ਨੂੰ ਕਬਜ਼ੇ 'ਚ ਕਰਕੇ ਅਗਲੀ ਕਾਰਵਾਈ बारीकी दिनाल शुरू ਕਰ ਦਿੱਤੀ ਗਈ ਤਾਂ ਜੋ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ ਖਬਰੋਲਾ ਸਕਦੇ